ਦੇਖੋ ਸਾਡੀ ਪਾਰਟੀ ਦੇ 16 ਤਰੀਕ ਨੂੰ ਟਿਕਟ ਆਪਾਂ ਅੱਜ 15 ਤਰੀਕ ਹੋ ਗਈ, ਇੱਕ ਮਹੀਨੇ ਚ ਅਸੀਂ ਇੱਕ ਗੇੜ ਦੀ ਕੰਪੇਨ ਜਿਹੜੀ ਪੂਰੀ ਕਰ ਲਈ, ਹਲਕੇ ਹਲਕਾ ਵਾਈਜ਼ ਮੀਟਿੰਗਾਂ ਕਰ ਲਈਆਂ, ਹੁਣ ਅਸੀਂ ਨੁੱਕਰ ਮੀਟਿੰਗਾਂ ਸ਼ੁਰੂ ਕੀਤੀਆਂ। ਸਾਡੀ ਪਾਰਟੀ ਨੇ 4 ਮਹੀਨੇ ਪਹਿਲਾਂ ਤੈਅ ਕੀਤਾ 13-0 ਸਾਡੇ ਵੱਲੋਂ ਕੈਂਡੀਡੇਟ ਕੌਣ ਆਉਂਦਾ ਕੌਣ ਨਹੀਂ ਆਉਂਦਾ ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈ। ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ CM ਸਾਹਿਬ ਦੇ 2 ਸਾਲ ਦਾ ਜਿਹੜਾ ਕੰਮ, 2 ਸਾਲ ਦਾ ਰਿਪੋਰਟ ਕਾਰਡ, 75 ਸਾਲ ਵਸਲ 2 ਸਾਲ ਇਹਦੇ ਆਧਾਰ 'ਤੇ ਇਲੈਕਸ਼ਨ ਲੜ ਰਹੇ ਔਰ ਅੰਮ੍ਰਿਤਸਰ 'ਚ ਬੜੀ ਵੱਡੀ ਲੀਡ ਨੂੰ ਜਿੱਤ ਰਹੇ। ਧਾਲੀਵਾਲ ਸਾਹਿਬ, ਅਕਸਰ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਵਿਰੋਧੀ ਧਿਰ ਨੇ, ਤਰਨਜੀਤ ਸਿੰਘ ਸੰਧੂ ਨੇ, ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਇੱਥੋਂ ਦਾ ਹੀ ਹਾਂ, ਮੈਂ ਅੰਮ੍ਰਿਤਸਰ ਨੂੰ ਬੜੀ ਵੱਡੀ ਦੇਣ ਦੇਵਾਂਗਾ, BJP ਸਰਕਾਰ ਬੜੀ ਵੱਡੀ ਦੇਣ ਦੇਵੇਗੀ, ਕਿਵੇਂ ਵੇਖਦੇ ਹੋ? ਕਿੰਨੀ ਉਮਰ ਹੈ ਤੁਹਾਡੀ, ਕਿੰਨੀ ਉਮਰ ਹੋਈ? 10 ਮੇਰੀ 28 ਸਾਲ। 28, ਅੱਜ ਤੋਂ 20-25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇ ਗਏ, ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖਿਡਾਰੀ ਹੈ BJP ਵਾਲੇ, ਸੇਮ ਸ਼ਬਦ ਜੋ ਅੱਜ ਇਹ ਵਰਤ ਰਹੇ ਇਹੀ ਉਦੋਂ ਸਿੱਧੂ ਬੋਲਦਾ ਸੀਗਾ। 10 ਸਾਲ ਉਹਨੇ ਕੁਝ ਨਹੀਂ ਕੀਤਾ ਠੋਕੋ ਤਾੜੀ, ਉਸ ਤੋਂ ਬਾਅਦ ਜੇਤਲੀ ਸਾਹਿਬ ਨੂੰ ਲਿਆ, ਉਹੀ ਸ਼ਬਦ ਬੋਲਦਾ ਸੀ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬ ਬੋਲਦੇ ਕਿ ਅਸੀਂ ਅੰਮ੍ਰਿਤਸਰ ਤਾਂ ਇੱਦਾਂ ਕਰਦੇ ਕਿ ਇੱਦਾਂ ਕਰਦੇ। ਜੇਤਲੀ ਸਾਹਿਬ ਹਰ ਗਏ, ਵਿੱਤ ਮੰਤਰੀ ਬਣੇ, ਕੁਛ ਨਹੀਂ ਕੀਤਾ। ਉਸ ਤੋਂ ਬਾਅਦ ਹਰਦੀਪ ਪੁਰੀ ਜੀ ਨੂੰ ਲਏ, ਉਹੀ ਸ਼ਬਦ ਜਿਹੜੇ ਸਿੱਧੂ ਤੇ ਜੇਤਲੀ ਵਰਤਦਾ ਸੀ ਉਹੀ ਹਰਦੀਪ ਪੁਰੀ ਵਰਤਦਾ ਸੀਗਾ ਕਿ ਅਸੀਂ ਇੱਦਾਂ ਕਰਦੇ ਕਿ ਇੱਦਾਂ ਕਰਦੇ। 5 ਸਾਲ ਲੰਘ ਗਏ, 0 ਰਿਪੋਰਟ, ਉਹੀ ਸ਼ਬਦ ਹੁਣ ਇਹ ਤਰਨਜੀਤ ਸਿੰਘ ਸੰਧੂ ਇੰਟਰਡਿਊਸ ਕਰ ਰਹੇ, ਕਰਦਾ ਕਦੋਂ ਕੁਛ ਨਹੀਂ। ਸਵਾਲ ਇਹ ਹੈ ਕਿ 10 ਸਾਲ ਦਾ ਆਵਾਜ਼ ਲੰਘ ਗਿਆ, BJP ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ, ਸੰਧੂ ਸਾਹਿਬ ਲੋਕਾਂ ਨੂੰ ਇਹ ਦੱਸਣ ਕਿ 10 ਸਾਲ 'ਚ BJP ਨੇ ਪੰਜਾਬ ਦਾ ਕੀ ਕੀਤਾ, ਜਿਹੜੇ 740 ਕਿਸਾਨ ਸ਼ਹੀਦ ਕੀਤੇ ਆ, ਪੰਜਾਬ ਦੇ ਫੰਡ ਰੋਕ ਕੇ ਬੈਠੀ ਹੈ BJP। ਸੰਧੂ ਸਾਹਿਬ ਉਹਦੀ ਗੱਲ ਕਰ ਸਰ, ਆਹ ਨਾ ਕਹਿਣ ਜੀ ਅਸੀਂ ਆਹ ਬਣਾ ਦਿਆਂਗੇ, ਜੇ ਬਣਾ ਦਿਆਂਗੇ, ਉਹ ਬੜੇ ਚਿਰ ਦੇ ਹਵਾਈ ਕਿਲੇ ਬਹੁਤ ਚਿਰ ਦੇ ਬਣਦੇ। ਸਾਡੇ ਵੱਲੋਂ ਮੰਤਰੀ ਬਣਾ ਦੇਣ, ਸਾਡੇ ਵੱਲੋਂ ਸੰਤਰੀ ਬਣਾ ਦੇਣ, ਅੰਮ੍ਰਿਤਸਰ ਨੂੰ ਕੀ ਫਾਇਦਾ ਉਹ ਦੱਸੋ। ਧਾਲੀਵਾਲ ਸਾਹਿਬ, ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਕੰਡਿਆਲੀ ਤਾਰ ਆ, ਉਸ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਉਹਨਾਂ ਵੱਲੋਂ ਕਿਹਾ ਗਿਆ ਕਿ ਦਿੱਤਾ ਗਿਆ BJP ਸਰਕਾਰ ਨੂੰ ਕੀ, ਤੇ ਕਿ ਕੰਡਿਆਲੀ ਤਾਰ ਤੋਂ ਬਾਅਦ ਜਿਹਨਾਂ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾਣਗੀਆਂ। ਪਿਛਲੇ ਮਤਲਬ 1.5 ਸਾਲ CM ਸਾਹਿਬ ਨੇ, ਭਗਵੰਤ ਮਾਨ ਜੀ ਨੇ ਅੰਮ੍ਰਿਤ ਸ਼ਾਹ ਦੇ ਨਾਲ, ਮੋਦੀ ਦੇ ਨਾਲ ਇਸ ਕੰਮ ਲਈ 3-4 ਮੀਟਿੰਗਾਂ ਕੀਤੀਆਂ ਕਿ ਜੀ ਜਾਂ ਤਾਂ ਕਿਸਾਨਾਂ ਨੂੰ ਪੈਸੇ ਦਿਓ ਜਾਂ ਆਪਣੀ ਤਾਰ ਚੁੱਕ ਕੇ ਬਿਲਕੁਲ 0 ਲਾਈਨ 'ਤੇ ਲੈ ਜਾ, ਵੀ ਜਿਹੜਾ ਵਿੱਚ ਜ਼ਮੀਨ ਪਈ ਆ ਵੀ ਸਾਨੂੰ ਇਹਦੀ ਪ੍ਰੋਬਲਮ ਹੈ। ਅੱਜ ਤੋਂ 5 ਮਹੀਨੇ ਪਹਿਲਾਂ ਇਹ ਜਿਹੜਾ ਫੈਸਲਾ ਹੋਇਆ ਅੰਮ੍ਰਿਤ ਸ਼ਾਹ ਜੀ ਦਾ ਅਤੇ ਮਾਨ ਸਾਹਿਬ ਦਾ ਵੀ ਅਸੀਂ 0 ਲਾਈਨ 'ਤੇ ਲੈ ਜਾਂਦੇ ਹਾਂ, ਉਦੋਂ ਕੰਮ ਮਾਨ ਸਾਹਿਬ ਨੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਪੰਜਾਬ ਦੀ ਹੱਦ ਤੋਂ। ਇਹ ਤਾਂ ਵਿਚਾਰੇ ਹੁਣ ਵੇਖਣ ਗਏ ਨਾ ਕਿ ਪਤਾ ਕਿੱਥੇ 0 ਲਾਈਨ ਕਿੱਥੇ ਕੀ ਹੈ। BJP ਨੇ ਕੀ ਤੋਹਫਾ ਦਿੱਤਾ ਜੀ 4 ਮਹੀਨੇ ਪਹਿਲਾਂ? ਸਾਡੀ ਇੱਕ ਬਿਗ ਪ੍ਰੋਬਲਮ ਹੈ ਸਰ, ਨਸ਼ੇ ਵਾਲੀ ਜਿਹੜੀ ਪ੍ਰੋਬਲਮ ਹੈ, ਅਸੀਂ ਇੱਕ ਕੰਡੇ ਵਾਲੀ ਤਾਰ, ਇੱਕ ਜਿਹੜਾ ਡਰੋਨ, ਦੋ ਚੀਜ਼ਾਂ ਬਾਰ ਬਾਰ ਹੋਮ ਮਿਨਿਸਟਰ ਦੇ ਨਾਲ ਡਿਸਕਸ ਹੋਈਆਂ ਅਤੇ ਹੋਮ ਮਿਨਿਸਟਰ ਟ੍ਰਾਇਲ ਕਰ ਰਹੇ ਉੱਥੇ ਪਠਾਨਕੋਟ, ਉਹ ਕਹਿੰਦੇ ਜੇ ਉੱਥੇ ਕਾਮਯਾਬ ਹੋ ਗਿਆ ਤਾਂ ਅਸੀਂ ਤੋੜ ਫੋਜ ਬੋਤ ਤੱਕ ਜਿਹੜਾ ਕੰਡੇ ਵਾਲੀ ਤਾਰ ਨੂੰ 0 ਤੋਂ ਲੈ ਦਾਂਗੇ। BJP ਦੀ ਕੀ ਪ੍ਰੋਬਲਮ ਸੀ? ਮਾਨ ਸਾਹਿਬ ਨੇ ਐਲਾਨ ਕੀਤਾ 31 ਦਸੰਬਰ ਤੱਕ ਖਤਮ ਹੋ ਜਾਊ। ਹਾਂ ਠੀਕ, ਓਕੇ।